ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਗੁਰਬਾਣੀ ਦਾ ਕਿਤਨਾ ਸਤਕਾਰ ਆਪਣੇ ਅੰਦਰ ਰੱਖਦੇ ਸਨ ਉਹ ਸਾਨੂੰ ਇਸ ਘਟਨਾ ਤੋਂ ਪਤਾ ਲੱਗੇਗਾ ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਭਾਈ ਸਾਹਿਬ ਬੰਬਈ ਵਿੱਚ ਆਪਣੇ ਕਮਰੇ ਵਿੱਚ ਬੈਠੇ ਹੋਏ ਸਨ ਉਹ ਬਾਹਰ ਆਏ ਤਦੋਂ ਕਿਹਾ ਜੋ छाਤੀ ਵਿੱਚ ਸਖਤ ਦਰਦ ਉਠਿਆ ਹੈ છાતી ਉੱਪਰ ਹੱਥ ਰੱਖਿਆ ਹੋਇਆ ਸੀ ਕੀ ਦੇਖਦੇ ਹਨ ਬਾਹਰਲੇ ਕਮਰੇ ਵਿੱਚ ਗੁਰਬਾਣੀ ਦੀ ਸੈਂਚੀ ਪਰ ਕਿਸੇ ਨੇ ਕੋਈ ਹੋਰ ਕਿਤਾਬ ਰੱਖੀ ਹੋਈ ਹੈ ਪੁੱਛਿਆ ਇਹ ਵਿਅਦਬੀ ਕਿਸ ਨੇ ਕੀਤੀ ਹੈ ਸਤਕਾਰ ਨਾਲ ਉਹ ਗੁਰਬਾਣੀ ਦੀ ਸੈਂਚੀ ਉਠਾਈ ਨਮਸਕਾਰ ਕੀਤੀ ਅਤੇ ਅੰਦਰ ਲੈ ਗਏ ਦਰਦ हट ਗਿਆ ਹਾਂਜੀ ਫਿਰ ਦੁਹਰਾ ਦਈਏ ਕੇ ਭਾਈ ਸਾਹਿਬ ਬੰਬਈ ਵਿੱਚ ਆਪਣੇ ਕਮਰੇ ਵਿੱਚ ਬੈਠੇ ਹੋਏ ਸਨ ਉਹ ਬਾਹਰ ਆਏ ਤਦੋਂ ਕਿਹਾ ਜੋ ਛਾਤੀ ਵਿੱਚ ਸਖਤ ਦਰਦ ਉਠਿਆ ਹੈ ਛਾਤੀ ਉੱਪਰ ਹੱਥ ਰੱਖਿਆ ਹੋਇਆ ਸੀ ਕੀ ਦੇਖਦੇ ਹਨ ਬਾਹਰਲੇ ਕਮਰੇ ਵਿੱਚ ਗੁਰਬਾਣੀ ਦੀ ਸੈਂਚੀ ਪਰ ਕਿਸੇ ਨੇ ਕੋਈ ਹੋਰ ਕਿਤਾਬ ਰੱਖੀ ਹੋਈ ਹੈ ਪੁੱਛਿਆ ਇਹ ਬੇਅਦਬੀ ਕਿਸ ਨੇ ਕੀਤੀ ਹੈ ਸਤਕਾਰ ਨਾਲ ਉਹ ਗੁਰਬਾਣੀ ਦੀ ਸੈਂਚੀ ਉਠਾਈ ਨਮਸਕਾਰ ਕੀਤੀ ਅਤੇ ਅੰਦਰ ਲੈ ਗਏ ਦਰਦ हट ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ